राजस्थान रेंजर्स की ओर से पकड़े गए 6 पंजाबी नौजवानों के परिवार अब सरकार से गुहार लगा रहे हैं, क्योंकि पाकिस्तान ने उन पर बड़े बड़े इल्ज़ाम लगा दिए हैं कि वह लोग नशा व हथियारों की तस्करी करते हैं। लेकिन परिवार का कहना है वह तो दिहाड़ी मजदूर वाले लोग हैं और बड़ी मुश्किल से अपने घर का गुजारा चला रहे हैं। बता देते हैं, पाकिस्तान की तरफ से 6 पंजाबी नौजवानों को गिरफ्तार किया गया है और उन पर स्मगलिंग का इल्ज़ाम लगाया गया है। इनमें से 4 फिरोजपुर ज़िले से संबंधित है, 1 जलंधर ज़िले से और 1 लुधियाने ज़िले से संबंधित है। जलंधर के रहने वाले रतनपाल के परिवार का इस वक्त बुरा हाल हुआ पड़ा है। उनका कहना है कि हाँ जी, की नाम की थोड़ा? करतार सिंह जी। हाँ जी, पिंड केड़ा पिंड है? पिंड खैरा मोस्तर का जी। हाँ जी, थोड़ा तो की लगता सी जिहड़ा इस समय पाकिस्तान विच रुड़ के पहुंच गए हैगे है ते सरकार ने इल्जाम लगाया उन्हां ते कि स्मगलिंग करन आए सी, पूरा मामला की पहला जानना चाहांगे। हाँ जी, ये मुड़ा अपने गोद पाया सी, मेरे भतीजा ही हैगा जी, ये तो गोद पाया सी, सानू नहीं पता लग्या भी कित्थे गया कित्थे नहीं गया, इत्थे करिया घरों ही चला गया है, तो काम करन गया उतो उतो गां पता नहीं किदां रुड़ रुड़ गया, फिर वो गां रिश्तेदारी चला गया उत्थे रुड़ के, उतो रुड़े गां फिर पाकिस्तान चले गए। उतो सानू फिर बाद पता लगा 28 तरीक नूं, 28 तरीक तो फिर असीं पुछ गछ कीती, वो कहिंदे उतो पाकिस्तान आ गए, तो कोई सानू जानी हन कोई सानू जिहड़ी सरकारां हैगियां सानू कोई परला नहीं फड़ रहियां, ना ही कोई सानू पुछ गछ कर रहा, ना ही साढ़े कोई आ रहा, असीं तां बहुत दुखी होए पए रो रो के। ਤੁਸੀਂ ਤੁਹਾਡੇ ਕੋਲ ਸਰਕਾਰ ਦਾ ਕਿਹੜਾ ਨੁਮਾਇੰਦਾ, ਕੋਈ ਕੋਈ ਬੰਦਾ, ਕੋਈ MLA ਕੋਈ ਆਇਆ ਇੱਥੇ ਤੁਹਾਡੇ ਕੋਲ? ਕੋਈ ਨਹੀਂ ਆਇਆ, ਕੋਈ ਨਹੀਂ ਆਇਆ। ਪੜਤਾਲ ਕੀਤੀ, ਕਹਿੰਦੇ ਤੁਹਾਡਾ ਮੁੰਡਾ ਤਾਂ ਪਾਕਿਸਤਾਨ ਪਹੁੰਚਿਆ, ਤੁਸੀਂ ਤੁਸੀਂ ਇੱਥੇ ਕਹਿੰਦੇ ਬੈਠੇ ਹੋ, ਅਸੀਂ ਕਿਹਾ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ, ਮੈਂ ਕਿਹਾ ਸਾਨੂੰ ਤਾਂ ਕਹਿੰਦਾ ਆਧਾਰ ਫੋਟੋ ਵੇਖੋ, ਉਹਨੇ ਫਿਰ ਸਾਨੂੰ ਫੋਟੋ ਵਿਖਾਈ, ਫੋਟੋ ਵਿਖਾ ਕੇ ਤੇ ਫਿਰ ਸਾਨੂੰ ਫਿਰ ਉਹਨੇ ਸਾਡੇ ਸਾਰੀ ਟੇਲ ਲਿਖੀ ਲਿਖ ਕੇ ਤੇ ਫਿਰ ਉਹ ਚਲਾ ਗਿਆ ਉਹ, ਫਿਰ ਇਹਨੇ ਉੱਥੇ ਜਾ ਕੇ ਫਿਰ ਉਹਨਾਂ ਨੂੰ ਮੁੰਡਿਆਂ ਨੂੰ ਅਸੀਂ ਕੋਈ ਦਿਖਾਇਆ ਨਹੀਂ, ਮੁੰਡੇ ਨਹੀਂ ਦਿਖਾਏ ਸਾਨੂੰ ਕੋਈ ਵੀ, ਨਾ ਹੀ ਫੋਟੋ ਦਿਖਾਈ ਮੋੜ ਕੇ, ਅਤੇ ਉਹੀ ਗੱਲ 'ਤੇ ਅਸੀਂ ਬੈਠੇ ਹਾਂਗੇ ਵੀ ਇਹ ਹੁਣ ਆਉਂਦਾ ਕੋਈ, ਹੁਣ ਨਾ ਹੀ ਕੋਈ ਸਾਡੇ ਕੋਲ ਆਇਆ MLA ਆਇਆ, ਨਾ ਕੋਈ ਮੰਤਰੀ, ਕੋਈ ਪੁੱਛ ਨਹੀਂ ਕਾਛ ਨਹੀਂ, ਕੋਈ ਕਿਸੇ ਨੇ ਸਾਡੀ ਜਾਣ ਸੁਣਾਈ ਨਹੀਂ ਕਰ ਰਿਹਾ ਕੋਈ ਵੀ, ਸਰਕਾਰਾਂ ਜਿਹੜੀਆਂ ਹੈਗੀਆਂ ਸਰਕਾਰ ਇਹ ਸਾਡੀ ਬੇਨਤੀ ਕਰਕੇ ਅਸੀਂ ਕਹਿੰਦੇ ਹਾਂ ਵੀ ਸਾਡੇ ਮੁੰਡੇ ਵਾਪਸ ਕੀਤੇ ਜਾਣ, ਅਸੀਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹੋਵਾਂਗੇ, ਅਤੇ ਅਸੀਂ ਇਹਨਾਂ ਦੇ ਧੰਨਵਾਦ ਕਰਾਂਗੇ, ਬਹੁਤ ਖੁਸ਼ੀ ਹੋਊਗੀ ਸਾਨੂੰ ਇਸ ਗੱਲ ਦੀ ਵੀ ਸਾਡੇ ਬੰਦੇ ਮੋੜ ਚੁੱਕੇ ਆ, ਸਰਕਾਰ ਬਹੁਤ ਵਧੀਆ ਸਰਕਾਰਾਂ ਹੈਗੀਆਂ, ਅਤੇ ਅਸੀਂ ਇਸ ਗੱਲ 'ਤੇ ਖੁਸ਼ ਰਹਾਂਗੇ ਜੀ। ਕਦੀ ਇੱਦਾਂ ਹੋਇਆ ਸੀਗਾ ਕਿ ਕਦੀ ਕੋਈ ਉਹਦੇ 'ਤੇ ਕੋਈ ਇੱਦਾਂ ਦਾ ਕੋਈ ਨਸ਼ੇ ਦਾ ਪਰਚਾ ਹੋਇਆ ਹੋਵੇ, ਕੋਈ ਹਥਿਆਰ ਦਾ ਪਰਚਾ ਹੋਇਆ ਹੋਵੇ, ਕਦੀ ਹੋਇਆ ਹੋਵੇ? ਨਹੀਂ ਜੀ, ਕੋਈ ਨਹੀਂ ਹੋਇਆ ਕਦੀ ਵੀ, ਇੱਥੇ ਕਰਦਾ ਕੀ ਸੀ ਆਪਣੇ ਕਦੀ ਦਿਹਾੜੀ ਦੁੜੀ ਕਰ ਲੈਂਦਾ, ਖੇਤੀ ਕਰ ਲੈਂਦਾ ਸੀਗਾ, ਔਰ ਇੱਥੇ ਦਾ ਕੰਮ ਚਲਾ ਲੈਂਦੇ ਸੀਗੇ ਮਾੜਾ ਮੋਟਾ ਜਿਹਾ ਦਿਹਾੜੀ ਦੂੜੀ 'ਤੇ, ਹੋਰ ਨਹੀਂ ਕੋਈ ਕੰਮ ਆਪਣੇ ਕੋਲ, ਜਾਣੀ ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਇਸ ਗੱਲ ਦਾ, ਤਾਂ ਇਹ ਗੱਲ ਜਿਹੜੀ ਇਹ ਹੋ ਗਈ ਸਾਡੇ ਨਾਲ ਇਹ, ਹਾਂ ਇਹ ਜਿਹੜੀ ਹੋਈ ਗੱਲ, ਇਹ ਸਾਡੇ ਤਾਂ ਪਤਾ ਹੀ ਨਹੀਂ ਹੈ ਵੀ ਆਹ ਮੁੰਡੇ ਨੇ ਆਹ ਗਾਏ ਰੋੜ ਕੇ ਹੀ ਆ ਉਹਦਾ, ਇਹ ਨਹੀਂ ਹੈਗਾ ਵੀ ਕੋਈ ਸਮਗਲ ਗਏ ਵੱਡੇ, ਕੋਈ ਹਥਿਆਰ ਚੱਕਣ ਗਏ ਆ ਕਰਨ ਗਏ ਆ, ਨਾ ਉਹ ਗੱਲ ਹੈ ਨਹੀਂ, ਉਹ ਇਹ ਐਵੇਂ ਬਾਣ ਬਣਾ ਬਣਾਏ ਗਏ ਆ, ਝੂਠ ਬੋਲੇ ਗਏ, ਅਤੇ ਅਸੀਂ ਉਹ ਸਾਰੀ ਜਮਾਂ ਉਹਨੂੰ ਪਤਾ ਹੀ ਨਹੀਂ ਇਸ ਚੀਜ਼ ਦਾ, ਕਿਸੇ ਚੀਜ਼ ਦਾ ਵੀ, ਤਾਂ ਨਿਆਣਾ ਮੁੰਡਾ ਹੈਗਾ ਜੀ। ਵਿਆਹ ਆ ਕਿੰਨੇ ਬੱਚੇ? 2 ਬੱਚੇ ਆ ਜੀ, ਛੋਟੀ ਉਮਰ 'ਚ ਵਿਆਹ ਕਰਤਾ ਸੀਗਾ, ਅਤੇ ਤਾਂ ਕਰਕੇ ਹੁਣ ਇੰਨਾ ਨਹੀਂ ਹੈਗਾ ਵੀ ਚੁਸਤ ਵੀ ਹੈ ਨਹੀਂ ਬਈ ਜਿਹੜਾ, ਹਾਂ। ਨਹੀਂ, ਤੁਸੀਂ ਕਿਸੇ ਸਰਕਾਰੀ ਨੁਮਾਇੰਦੇ ਤੱਕ ਖੁਦ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਹੁਣ ਜਦੋਂ ਤੁਹਾਨੂੰ ਖਬਰ ਮਿਲੀ ਹੈ ਕਿ ਮੁੰਡਾ ਪਾਕਿਸਤਾਨ ਹੈ ਅਤੇ ਉੱਤੇ ਇੰਨੇ ਵੱਡੇ ਇਲਜ਼ਾਮ ਲੱਗੇ ਹੈਗੇ, ਅਤੇ ਕੱਲ੍ਹ ਨੂੰ ਕੋਈ ਵੀ ਵੱਡੀ ਸਜ਼ਾ ਹੋ ਸਕਦੀ ਉਹਨੂੰ? ਹਾਂਜੀ, ਇਹ ਤਾਂ ਹਗਾਵਾ ਅਸੀਂ ਕੀਤੀ ਨਹੀਂ, ਉਹ ਕਰੀ ਜਾਂਦੇ ਹਾਂ ਮਾੜਾ ਮੋਟਾ, ਕੋਈ ਸੁਣਾਈ ਨਹੀਂ ਕਰ ਰਹੇ, ਜਾਈਦਾ ਉਹ ਗੱਲ ਟਾਲਾ ਵਾਲਾ ਮਾਰ ਦਿੰਦੇ ਆ, ਉਹ ਕਹਿੰਦੇ ਰੋਕ ਜੋ ਕਰਦੇ ਨੇ ਫਲਾਣ ਨਾਲ, ਬਸ ਉਹ ਫਿਰ ਕਰੇ ਆ ਜਾਈਦਾ, ਫਿਰ ਉਹ ਸਵੇਰ ਨੂੰ ਫਿਰ ਤੋਰ ਪਈਦਾ। ਨਹੀਂ, ਤੁਸੀਂ ਜਾ ਕਿੱਥੇ ਰਹੇ ਹੋ ਹਜੇ, ਕਿੱਥੇ ਦਰਵਾਜ਼ਾ ਖੜਕਾ ਰਹੇ ਹੋ? ਜਦ ਉਹਨਾਂ ਦਾ ਜੀ ਉਹਨਾਂ ਦੇ ਨਾਂ ਨਹੀਂ ਜਾਣਦੇ ਆਪਾਂ, ਇੱਕ ਤਾਂ ਹੈਗਾ ਉਹਦਾ ਜਾਣੀ ਉਹ ਹੁਸ਼ਿਆਰਪੁਰ ਦਾ ਬੰਦਾ ਹੈਗਾ, ਉਹ MP ਹੈ ਵੱਡਾ, ਉਹਨੇ ਸਾਡੇ ਗੱਲ ਉਹ ਵੀ ਕੋਈ ਨਹੀਂ ਸੁਣਾਈ ਹੋਈ ਉੱਥੇ ਵੀ, ਹਾਂ ਨਾਂ ਨਹੀਂ ਜਾਣਦਾ ਮੈਂ। ਹਾਂਜੀ, ਕੀ ਨਾਮ ਕੀ ਤੁਹਾਡਾ? ਸਰਜੀਤ ਕੌਰ। ਹਾਂਜੀ, ਜਿਹੜੇ ਪਾਕਿਸਤਾਨ ਵਿੱਚ ਇਸ ਸਮੇਂ ਮੌਜੂਦ ਆ, ਕੀ ਲੱਗਦੇ ਸੀ ਤੁਹਾਡੇ? ਮੇਰਾ ਘਰ ਵਾਲਾ ਹੈਗਾ, ਮੇਰਾ ਪਤੀ। ਕੀ ਨਾਮ ਕੀ ਸੀਗਾ? ਰਤਨਪਾਲ। ਕਿੰਨਾ ਟਾਈਮ ਹੋਇਆ ਸੀ ਵਿਆਹ ਹੋਏ ਨੇ ਤੁਹਾਡੇ?
11-12 साल हो ही गया। किदा घरों गए, किदा पता लगा, पूरी गल जिहड़ी है ना डिटेल च दस्सियो माड़ी जी, की होया सी सारा, उदन की घटना होई सी, किदा तुहानूं पता लगा? दस के तो कुछ नहीं गया घरों, जां जो पता लग्या भी खबर सानू आई है तो उदो सानू सारी गल का पता लग्या भी आ गल हो गई है। तो फिर इतों आया, एस एच ओ आया सीगा मैदपुर थाने चों, उन्हें सानू गलबात सारी दसी, कहिंदे तुहाडे मुंडे कित्थे आ, असीं कहा सानू तो पता ही, वह कहिंदे पाकिस्तान नू चले गए आ, ते इदां। तो फिर सानू उत्थों तां पता लग्या भी ये लुड़ के चले गए उत्थे, किसे दी मदद करन गए सीगे समान कढ़ाउण उत्थे रिश्तेदारां चों, उस मुंडे दे नाल चला गया हैगा ये, तो सानू घरे दस के भी नहीं गया मैं भी इधर चलिया वा, तो उस मुंडे दे नाल चलिया गया, वो रिश्तेदार है उत्थे, उहदी भैण रहिंदी आ, तो उहदा समान कढ़ाउण गए आ, तो समान कढ़ाउंदे कढ़ाउंदे बस उदा ही लुड़ गए उत्थे पाकिस्तान। जिहड़े मुंडे दा घर, जिहड़े मुंडे दे नाल गए सी, उह मुंडा किहड़ा है ਜਿਹੜਾ ਉੱਥੇ ਪਾਕਿਸਤਾਨ ਉਹਦੇ ਨਾਲ ਪਹੁੰਚਿਆ? ਹਾਂਜੀ ਉਹਦੇ ਨਾਲ ਗਿਆ ਸੀ। ਹਾਂਜੀ ਯਾਰ ਦੋਸਤ ਸੀਗੇ, ਪਹਿਲਾਂ ਵੀ ਕੰਮ ਕਰਦੇ ਸੀ ਇਕੱਠੇ? ਯਾਰ ਦੋਸਤ ਸੀਗੇ। ਕੀ ਕੰਮ ਕੀ ਕਰਦੇ ਸੀ ਦੋਨੋਂ? ਉਹ ਵੀ ਦਿਹਾੜੀ ਦਿਹੁੜੀ ਕਰਦਾ ਸੀਗਾ, ਤੇ ਟਰੈਕਟਰ ਟਰਾਲੀ ਚਲਾਉਂਦਾ ਸੀਗਾ, ਤੇ ਦਿਹਾੜੀ ਕਰਦਾ ਸੀਗਾ ਉਦੋਂ। ਤੇ ਪਹਿਲਾਂ ਕੋਈ ਕੇਸ ਕੁਛ ਸੀਗਾ ਉਹਦੇ ਉੱਤੇ ਕੋਈ ਇੱਥੇ? ਨਹੀਂ ਜੀ। ਅੱਛਾ ਤੇ ਪਹਿਲਾਂ ਜਦੋਂ ਤੁਹਾਨੂੰ ਜਦੋਂ ਜਾਣਕਾਰੀ ਮਿਲੀ ਤੇ ਉਸ ਤੋਂ ਬਾਅਦ ਫਿਰ ਕਿਹੜੇ ਅਧਿਕਾਰੀਆਂ ਨੂੰ ਮਿਲੇ ਤੁਸੀਂ ਜਾ ਕੇ? ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਕਿਸੇ ਨੂੰ ਗੱਲ ਦੱਸੀਏ? ਹੁਣ ਤਾਂ ਤੁਹਾਨੂੰ ਪਤਾ ਵੀ ਲੱਗ ਚੁੱਕਾ ਪਾਕਿਸਤਾਨ 'ਚੋਂ। ਕੋਸ਼ਿਸ਼ ਤਾਂ ਬਹੁਤ ਕੀਤੀ ਆ, ਪਰ ਸਾਡੀ ਹਜੇ ਤੱਕ ਸੁਣਵਾਈ ਨਹੀਂ ਹੋ ਰਹੀ ਹੈਗੀ ਇਸ ਗੱਲ ਦੀ। ਅਸੀਂ ਗਰੀਬ ਬੰਦੇ ਹਾਂ, ਅਸੀਂ ਕਿੱਥੇ ਕਿੱਥੇ ਜਾ ਸਕਦੇ ਹਾਂ, ਨਾ ਸਾਡੇ ਕੋਲ ਇੰਨੀ ਪਹੁੰਚ ਹੈਗੀ ਵੀ ਅਸੀਂ ਮੰਤਰੀਆਂ ਕੋਲ ਜਾ ਕੇ ਇੱਦਾਂ ਕਹੀਏ। ਉੱਥੇ ਵੀ ਸਾਨੂੰ ਪੈਸੇ ਦੀ ਲੋੜ ਆ, ਖਰਚੇ ਦੀ, ਪਰ ਖਰਚਾ ਸਾਡੇ ਕੋਲ ਇੰਨਾ ਹੈ ਹੀ ਨਹੀਂ। ਮੇਰੇ ਦੋ ਛੋਟੇ ਛੋਟੇ ਨਿਆਣੇ ਆ, ਅਸੀਂ ਤਾਂ ਰੋਟੀ ਮਸਾਂ ਪਕਾਉਣੇ ਆ, ਅਤੇ ਇੰਨਾ ਖਰਚਾ ਕਿੱਥੋਂ ਅਸੀਂ ਕਰਾਂਗੇ? ਹੁਣ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਸਰਕਾਰ ਨੂੰ ਮੈਂ ਇਹੀ ਕਹਿਣੀ ਚਾਹੁੰਦੀ ਹਾਂ ਬਈ ਮੇਰਾ ਘਰ ਵਾਲਾ ਅਤੇ ਉਹ ਮੁੰਡਾ ਵਾਪਸ ਦਿੱਤੇ ਜਾਣ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਤੁਸੀਂ ਕਦੀ, ਤੁਸੀਂ ਤਾਂ ਉਹਨਾਂ ਦੀ ਵਾਈਫ ਹੋ, ਕਦੀ ਤੁਹਾਨੂੰ ਇੱਦਾਂ ਲੱਗਾ ਸੀਗਾ ਕਿ ਉਹਨੇ ਕਦੀ ਇੱਦਾਂ ਦੀ ਕੋਈ ਗੱਲ ਕੀਤੀ ਹੈ ਕਿ ਇਹਦੇ ਵਿੱਚ ਨਸ਼ੇ ਕਰਦਾ ਆ ਜਾਂ ਨਸ਼ੇ ਵੇਚਦਾ ਆ? ਨਹੀਂ, ਉਹ ਇੰਨੇ ਜੋਗਾ ਹੈ ਹੀ ਨਹੀਂ, ਉਹਨੇ ਬਸ ਦਿਹਾੜੀ ਕਰਕੇ ਆਉਣਾ ਅਤੇ ਰੋਟੀ ਖਾਣੀ ਅਤੇ ਬਸ ਟਿੱਕ ਜਾਣਾ ਉਹਨੇ ਆ ਕੇ ਘਰੇ, ਨਾ ਕਿਸੇ ਨਾਲ ਉਹਨੇ ਲੜਨਾ, ਨਾ ਕਿਤੇ ਕੁਛ ਕਰਨਾ, ਨਾ ਇਹੋ ਹੀ ਤਾਂ ਗੱਲ ਹੀ ਹੈ ਨਹੀਂ। ਇਹ ਤਾਂ ਪਹਿਲੀ ਵਾਰ ਜਾ ਕੇ ਇੱਦਾਂ ਕੰਮ ਹੋਇਆ ਵੀ ਉੱਥੇ ਗਏ ਆ ਸਮਾਨ ਕਢਾਉਣ ਅਤੇ ਉੱਥੇ ਲੁੜ ਗਏ ਆ। ਜਿਨ੍ਹਾਂ ਨੇ, ਜਿਨ੍ਹਾਂ ਦੇ ਘਰ ਸਮਾਨ ਕਢਾਉਣ ਗਏ ਸੀਗੇ, ਉਹਨਾਂ ਨਾਲ ਤੁਹਾਡੀ ਕੋਈ ਗੱਲ ਹੋਈ? ਉਹਨਾਂ ਨਾਲ ਗੱਲ ਮੇਰੀ ਨਹੀਂ ਹੋਈ, ਉਹਨਾਂ ਦੀ ਹੋਈ ਆ ਜਿਨ੍ਹਾਂ ਦੇ ਰਿਸ਼ਤੇਦਾਰ ਹੈਗੇ ਆ। ਹਾਂ, ਮੇਰੀ ਗੱਲ ਨਹੀਂ ਹੋਈ। ਉਹਨਾਂ ਨੇ ਦੱਸਿਆ ਕਿ ਰੁੜ ਗਏ? ਹਾਂਜੀ, ਉਹਨਾਂ ਨੇ ਫਿਰ ਦੱਸਿਆ ਸੀਗਾ, ਕਹਿੰਦੇ ਲੁੜ ਗਿਆ, ਫਿਰ ਸਾਨੂੰ ਖਬਰ ਮਿਲ ਗਈ ਸੀਗੀ ਅਤੇ ਫਿਰ। ਹਾਂਜੀ, ਕੀ ਨਾਮ ਹੈ ਤੁਹਾਡਾ ਔਰ ਤੁਹਾਡਾ ਕੀ ਲੱਗਦਾ ਉਹ ਜੋ ਪਾਕਿਸਤਾਨ 'ਚ ਫੜਿਆ ਗਿਆ ਔਰ ਕੀ ਜਾਣਕਾਰੀ ਹੈਗੀ ਤੁਹਾਨੂੰ ਉਹਦੇ ਬਾਰੇ ਸਾਰਾ ਕੁਛ? ਸਰ, ਬਵਨਦੀਪ ਸਿੰਘ ਮੇਰਾ ਨਾਮ ਆ, ਉਹ ਮੇਰਾ ਮਾਸੀ ਦਾ ਮੁੰਡਾ ਹੀ ਆ। ਸਰ, ਉਹ ਪਾਣੀ ਦੇ ਵਿਹਾਰ ਨਾਲ ਰੁੜ ਕੇ ਚਲੇ ਗਏ ਨੇ, ਹੁਣ ਜੋ ਹਥਿਆਰ ਪਾਉਣ ਦੇ ਨੇ ਇਹ ਸਰ ਗਲਤ ਨੇ ਸਭ, ਠੀਕ ਹੈ? ਉਸ ਬਾਰੇ ਉਸਨੂੰ ਤਾਂ ਕਿਸੇ ਚੀਜ਼ ਦਾ ਪਤਾ ਹੀ ਹੈ ਨਹੀਂ ਗਾ, ਹਥਿਆਰ ਉਹਨੇ ਨਾ ਹੀ ਕਦੇ ਦੇਖੇ ਨੇ ਅਤੇ ਨਾ ਹੀ ਕਦੇ ਉਹਨੇ ਦੇਖਣੇ ਸਾਰੀ ਜ਼ਿੰਦਗੀ। ਮੇਰੇ ਨਾਲ ਹੀ ਕੰਮ ਕਰਦਾ ਸੀ, ਇਕੱਠੇ ਜਾਂਦੇ ਸੀ, ਟੱਕ 'ਤੇ ਕੰਮ ਕਰਦੇ, ਰੇਤੇ ਦਾ ਕੰਮ ਕਰਦੇ ਹਾਂ, ਡਰਾਈਵਰੀ ਕਰ ਲੈਂਦਾ, ਰੇਤੇ ਦਾ ਕੰਮ ਕਰ ਲੈਂਦਾ, ਖੇਤੀ ਵੀ ਕਰ ਲੈਂਦਾ ਸੀ, ਦਰਿਆ ਦੇ ਵਿੱਚ ਖੇਤੀ ਸੀ। ਹੁਣ ਇਸ ਬਾਰੇ ਸਰ ਜੋ ਵੀ ਕੰਮ ਕਰੀ ਜਾਂਦੇ ਨੇ ਨਾ, ਹਥਿਆਰ ਪਾ ਤਾ, ਸਮਗਲਰ ਪਾ ਤਾ, ਇਹ ਸਭ ਸਰ ਝੂਠ ਨੇ, ਸਭ ਗਲਤ ਨੇ ਸਰ। ਇਸ ਬਾਰੇ ਉਸਨੂੰ ਕੁਛ ਵੀ ਨਹੀਂ ਪਤਾ ਜੀ। ਕਿੱਦਣ ਗਿਆ ਸੀਗਾ ਇੱਥੋਂ, ਕਿੱਦਣ ਤੁਹਾਨੂੰ ਪਤਾ ਲੱਗਾ ਔਰ ਤੁਹਾਨੂੰ ਇਹ ਕਿਹਨੇ ਦੱਸਿਆ ਕਿ ਇਹ ਰੁੜ ਗਿਆ ਉੱਥੇ? ਇਹ ਸਰ 27 ਤਰੀਕ ਨੂੰ ਘਰੋਂ ਗਿਆ ਸ਼ਾਮ ਨੂੰ, ਸਾਨੂੰ ਪਤਾ ਲੱਗਿਆ ਵੀ ਸ਼ਾਮ ਨੂੰ ਘਰੋਂ ਹੈ ਨਹੀਂ ਗਾ। ਅਸੀਂ ਪੁੱਛ ਪੜਤਾਲ ਕੀਤੀ, ਸਾਨੂੰ ਕੁਛ ਪਤਾ ਨਹੀਂ ਲੱਗਿਆ ਇਸ ਬਾਰੇ। ਸਾਨੂੰ 28 ਤਰੀਕ ਨੂੰ ਥਾਣੇ ਐਸ ਐਚ ਓ ਸਾਹਿਬ ਦਾ ਫੋਨ ਆਇਆ, ਕਹਿੰਦੇ ਤੁਹਾਡਾ ਬੰਦਾ ਕਿਤੇ, ਅਸੀਂ ਕਿਹਾ ਸਰ ਸਾਨੂੰ ਪਤਾ ਹੀ ਨਹੀਂ ਇਸ ਬਾਰੇ, ਕਹਿੰਦਾ ਪਾਕਿਸਤਾਨ ਰੋੜ ਕੇ ਚਲੇ ਗਏ। ਅਸੀਂ ਕਿਹਾ ਸਰ ਇਸ ਬਾਰੇ ਸਾਨੂੰ ਪਤਾ ਹੀ ਨਹੀਂ, ਉਹ ਕਹਿੰਦੇ ਸਾਨੂੰ ਫੋਨ ਆਇਆ BSF ਵਾਲਾਂ ਦਾ, ਉਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਫੜ ਲੈਣੇ। ਇਸ ਬਾਰੇ ਫਿਰ ਸਾਨੂੰ ਜਾਣਕਾਰੀ ਮਿਲੀ, ਮੁੜ ਅਸੀਂ ਨੁਮਾਇੰਦੇ ਜੋ ਸਰਕਾਰ ਵੱਲ ਅਸੀਂ ਅਪੀਲ ਕੀਤੀ ਵੀ ਆ ਸਰ ਗੱਲ ਗਲਤ ਹੋ ਗਈ ਆ, ਜਾਂ ਸਾਡਾ ਬੰਦਾ ਉੱਥੇ ਚਲੇ ਗਿਆ, ਇਹ ਸਰ ਸਾਨੂੰ ਮੁੜ ਕੇ ਨਾ ਹੀ ਸਾਨੂੰ ਉਹਨਾਂ ਨੇ ਦੱਸਿਆ ਅਤੇ ਨਾ ਹੀ ਕੀਤਾ। ਸਰ, ਬਾਰ ਬਾਰ ਜਿੱਦਾਂ ਦਿਖਾਇਆ ਜਾ ਰਿਹਾ ਹਥਿਆਰ ਦਿਖਾਏ ਜਾ ਰਹੇ ਉਹਨਾਂ ਨਾਲ, ਹੋਰ ਚੀਜ਼ਾਂ ਦਿਖਾਈ ਜਾ ਰਹੀ, ਇੱਥੇ ਕੋਈ ਉੱਥੇ ਪਰਚਾ ਜਾਂ ਕੋਈ ਬੈਕਗਰਾਊਂਡ ਕਿੱਦਾਂ ਦਾ ਸੀ ਉਹਦਾ? ਸਰ, ਉਹਦੇ 'ਤੇ ਕੋਈ ਇੱਦਾਂ ਦਾ ਪਰਚਾ ਹੈ ਨਹੀਂ, ਕੋਈ ਕੁਛ ਵੀ ਹੈ ਨਹੀਂ ਗਾ। ਜੋ ਪਰਚਾ ਸੀ ਰੇਤੇ ਦਾ ਸੀਗਾ, ਇੱਕ ਲੜਾਈ ਝਗੜਾ ਸੀਗਾ ਪੈਲੀ ਦਾ ਜੀ,
इस बारे इस तो इलावा इस उहदे कोई परचा नहीं, कोई लड़ाई नहीं, कोई कुछ नहीं, कोई समगलिंग नहीं, कुछ नहीं, उस बारे उन्हें पता ही है नहीं सर। जो इन्ने दिन नहीं सीगा घर तो कोशिश नहीं की थी पहला पता लगाने, चलो ये गल तो बाद पता लगी कि पाकिस्तान वो रेते दा काम ड्राइवरी ओ भी करदा सीगा ਤੇ ਡਰਾਈਵਰ ਇਹ ਵੀ ਕਰਦਾ ਸੀ, ਇਸ ਬਾਰੇ ਸਾਨੂੰ ਕੋਈ ਪਤਾ ਨਹੀਂ ਜੀ। ਤੇ ਉਹਨਾਂ ਦੇ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਹੁਣ ਤੁਹਾਡੀ? ਹੁਣ ਸਰ ਨਹੀਂ ਗੱਲ ਹੋਈ, ਪਹਿਲਾਂ ਗੱਲ ਹੋਈ ਸੀਗੀ ਜੀ। ਕਹਿੰਦੇ ਕਿ ਉਹਨਾਂ ਦੇ ਪਰਿਵਾਰ ਕੀ? ਉਹਨਾਂ ਦਾ ਪਰਿਵਾਰ ਹੀ ਕਹਿੰਦਾ ਸੀ, ਰੋੜ ਕੇ ਗਏ ਨੇ ਸਮਾਨ ਕਢਾਉਣ ਗਏ ਸੀ ਕੁੜੀ ਨੂੰ, ਤੇ ਉੱਥੋਂ ਦਾ ਸਾਨੂੰ ਅੱਗੇ ਕੋਈ ਪਤਾ ਨਹੀਂ ਲੱਗਿਆ ਜੀ।